वड्डी खबर सामने आ रही है मनीला तो। सो लोहिया दे एक होर नौजवान दा कतल कर दिता गया। लगातार मनीला दे विच पंजाबी नौजवानां दे कतल हो रहे ने। इसे विचाले इस लड़ी दे तहत एक होर खबर सामने आ रही है। सो पंजाब दे लोहिया दा नौजवान सी जो कि गया सी अपनी रोजी रोटी कमाउण दे लई गया सी मनीला, पर उत्थे कतल कर दिता गया। क्यों पंजाबी नौजवानां दे लगातार कतल किए जा रहे हैं, वड्डे सवालिया चिन्ह। पर फिलहाल तुहानू दस दईए कि लोहिया दा इह नौजवान सी फरवरी 2024 दे विच नौजवान दा व्याह होना सी, पर उस तो पहले ही गोलियां मार के नौजवान दी हत्या कर दी गई है। सो तैयारियां नूं लैके पूरा परिवार कहा जा सकदा कि व्याह दी तैयारियां दे विच रुझा होया सी। नहीं पता सी कि अजिहा भाणा वापर जाएगा। फिलहाल मौके दी तस्वीरां सामने आई ने, इह वी तुहानू दिखा रहे हां। मेरा नाम युगा सिंह डोरा है, मैं लोहिया रहने वाला हूँ। मेरा भतीजा 2018 तो मनीला रहिंदा सी, उत्थों के शहर सन पबलो रहायत सी, तो चौ कस्बे काम करते रोजाना की तरह। जो कल भी काम कर गया तो दुकान के बाहर खड़ा से अपनी दवाई लैन वास्ते, तो उत्तर उन्होंने गोलियां मार के खिलाफ कर दिता जी। ये खबर सानू फोन पर मिली, तो जिस करके सानू बड़ा दुख होया। इस करके 33 साल की उम्र सी। ਕੰਮ ਉੱਥੇ ਫਨਾਫ ਦਾ ਹੀ ਕਰਦੇ ਸਾਰੇ ਪੰਜਾਬੀ ਲੋਕ। ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਉਸਦੇ ਵਿਆਹ ਦੀਆਂ ਵੀ ਤਿਆਰੀਆਂ ਚੱਲ ਰਹੀਆਂ। ਹਾਂਜੀ, ਵਿਆਹ ਉਹਨਾਂ ਰੱਖਿਆ ਹੋਇਆ ਸੀਗਾ ਜੀ ਫਰਵਰੀ 'ਚ, ਫਰਵਰੀ ਦੇ ਐਂਡ 'ਚ ਵਿਆਹ ਸੀ। ਪਰ ਸਾਰਾ ਇਹ ਜੋ ਖੁਸ਼ੀ ਸੀ ਮਾਤਮ ਵਿੱਚ ਆ ਗਈ ਹੈ ਜੀ ਸਾਡੇ 'ਤੇ। 2018 ਵਿੱਚ ਗਿਆ ਸੀਗਾ ਜੀ। ਸਾਰਾ ਪਰਿਵਾਰ ਉੱਥੇ ਹੀ ਜੀ? ਹਾਂਜੀ, ਸਾਰਾ ਪਰਿਵਾਰ ਉੱਧਰ ਹੀ ਹੈ ਜੀ। ਅਤੇ ਕੋਈ ਬੋਡੀ ਲਿਆਉਣ ਦੀ ਮੰਗ ਕਰਨੀ ਚਾਹੁੰਦੇ ਹੋ? ਨਹੀਂ ਜੀ, ਉੱਧਰ ਪਰਿਵਾਰ ਉੱਧਰ ਹੀ ਆ, ਸਾਰਾ ਸੰਸਕਾਰ ਉੱਧਰ ਹੀ ਹੋ ਜਾਣਾ ਜੀ। ਦਿਵਾਲੀ ਤੋਂ ਪਹਿਲਾਂ ਆਇਆ ਸੀ, ਦਿਵਾਲੀ ਤੋਂ 2 ਦਿਨ ਪਹਿਲਾਂ ਚਲਾ ਗਿਆ ਇੱਥੋਂ। ਕਹਿੰਦਾ ਸੀ ਮਹੀਨੇ ਬਾਅਦ ਵਾਪਸ ਆਊਂਗਾ, ਪਰ ਪਤਾ ਨਹੀਂ ਸੀ। ਵੱਡੀ ਖਬਰ ਸਾਹਮਣੇ ਆ ਰਹੀ ਹੈ ਮਨੀਲਾ ਤੋਂ। ਸੋ ਲੋਹੀਆ ਦੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਲਗਾਤਾਰ ਮਨੀਲਾ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਕਤਲ ਹੋ ਰਹੇ ਨੇ। ਇਸੇ ਵਿਚਾਲੇ ਇਸ ਲੜੀ ਦੇ ਤਹਿਤ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ। ਸੋ ਪੰਜਾਬ ਦੇ ਲੋਹੀਆ ਦਾ ਨੌਜਵਾਨ ਸੀ ਜੋ ਕਿ ਗਿਆ ਸੀ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ ਮਨੀਲਾ, ਪਰ ਉੱਥੇ ਕਤਲ ਕਰ ਦਿੱਤਾ ਗਿਆ। ਕਿਉਂ ਪੰਜਾਬੀ ਨੌਜਵਾਨਾਂ ਦੇ ਲਗਾਤਾਰ ਕਤਲ ਕੀਤੇ ਜਾ ਰਹੇ ਨੇ, ਵੱਡੇ ਸਵਾਲੀਆ ਚਿੰਨ੍ਹ। ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਲੋਹੀਆ ਦਾ ਇਹ ਨੌਜਵਾਨ ਸੀ ਫਰਵਰੀ 2024 ਦੇ ਵਿੱਚ ਨੌਜਵਾਨ ਦਾ ਵਿਆਹ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਸੋ ਤਿਆਰੀਆਂ ਨੂੰ ਲੈ ਕੇ ਪੂਰਾ ਪਰਿਵਾਰ ਕਿਹਾ ਜਾ ਸਕਦਾ ਕਿ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝਿਆ ਹੋਇਆ ਸੀ। ਨਹੀਂ ਪਤਾ ਸੀ ਕਿ ਅਜਿਹਾ ਭਾਣਾ ਵਾਪਰ ਜਾਵੇਗਾ। ਫਿਲਹਾਲ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈ ਨੇ, ਇਹ ਵੀ ਤੁਹਾਨੂੰ ਦਿਖਾ ਰਿਹਾ। ਮੇਰਾ ਨਾਮ ਯੁਗਾ ਸਿੰਘ ਡੋਰਾ ਜੀ, ਮੈਂ ਲੋਹੀਆਂ ਰਹਿਣ ਵਾਲਾ ਹਾਂ। ਮੇਰਾ ਭਤੀਜਾ 2018 ਤੋਂ ਮਨੀਲਾ 'ਚ ਰਹਿੰਦਾ ਸੀ, ਉੱਥੋਂ ਦੇ ਸ਼ਹਿਰ ਸਨ ਪਬਲੋ ਵਿੱਚ ਰਹਾਇਤ ਸੀਗੀ, ਅਤੇ ਚੌ ਕਸਬੇ ਵਿੱਚ ਕੰਮ ਕਰਦੇ ਸੀ ਰੋਜ਼ਾਨਾ ਦੀ ਤਰ੍ਹਾਂ। ਜਦੋਂ ਕੱਲ੍ਹ ਵੀ ਕੰਮ ਕਰਨ ਗਿਆ ਅਤੇ ਦੁਕਾਨ ਦੇ ਬਾਹਰ ਖੜ੍ਹਾ ਸੀ ਆਪਣੀ ਦਵਾਈ ਲੈਣ ਵਾਸਤੇ, ਅਤੇ ਉੱਥੇ ਉਹਨਾਂ ਨੂੰ ਗੋਲੀਆਂ ਮਾਰ ਕੇ ਖਿਲਾਫ ਕਰ ਦਿੱਤਾ ਜੀ। ਇਹ ਖਬਰ ਸਾਨੂੰ ਫੋਨ 'ਤੇ ਮਿਲੀ, ਅਤੇ ਜਿਹਦੇ ਕਰਕੇ ਸਾਨੂੰ ਬੜਾ ਦੁੱਖ ਹੋਇਆ। ਇਸ ਕਰਕੇ 33 ਸਾਲ ਦੀ ਉਮਰ ਸੀ। ਕੰਮ ਉੱਥੇ ਫਨਾਫ ਦਾ ਹੀ ਕਰਦੇ ਸਾਰੇ ਪੰਜਾਬੀ ਲੋਕ। ਹਾਂਜੀ, ਵਿਆਹ ਉਹਨਾਂ ਰੱਖਿਆ ਹੋਇਆ ਸੀਗਾ ਜੀ ਫਰਵਰੀ 'ਚ, ਫਰਵਰੀ ਦੇ ਐਂਡ 'ਚ ਵਿਆਹ ਸੀ। ਪਰ ਸਾਰਾ ਇਹ ਜੋ ਖੁਸ਼ੀ ਸੀ ਮਾਤਮ ਵਿੱਚ ਆ ਗਈ ਹੈ ਜੀ ਸਾਡੇ 'ਤੇ। 2018 ਵਿੱਚ ਗਿਆ ਸੀਗਾ ਜੀ। ਸਾਰਾ ਪਰਿਵਾਰ ਉੱਥੇ ਹੀ ਜੀ? ਹਾਂਜੀ, ਸਾਰਾ ਪਰਿਵਾਰ ਉੱਧਰ ਹੀ ਹੈ ਜੀ। ਅਤੇ ਕੋਈ ਬੋਡੀ ਲਿਆਉਣ ਦੀ ਮੰਗ ਕਰਨੀ ਚਾਹੁੰਦੇ ਹੋ? ਨਹੀਂ ਜੀ, ਉੱਧਰ ਪਰਿਵਾਰ ਉੱਧਰ ਹੀ ਆ, ਸਾਰਾ ਸੰਸਕਾਰ ਉੱਧਰ ਹੀ ਹੋ ਜਾਣਾ ਜੀ। ਦਿਵਾਲੀ ਤੋਂ ਪਹਿਲਾਂ ਆਇਆ ਸੀ, ਦਿਵਾਲੀ ਤੋਂ 2 ਦਿਨ ਪਹਿਲਾਂ ਚਲਾ ਗਿਆ ਇੱਥੋਂ। ਕਹਿੰਦਾ ਸੀ ਮਹੀਨੇ ਬਾਅਦ ਵਾਪਸ ਆਊਂਗਾ, ਪਰ ਪਤਾ ਨਹੀਂ ਸੀ।